ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਜਗਬਾਣੀ ਟੀ ਵੀ ਅਤੇ ਮੈਂ ਹਾਂ ਨਵਦੀਪ ਸ਼ਰਮਾ। ਨਜ਼ਰ ਪਾਉਂਦੇ ਹਾਂ ਪੰਜਾਬ ਦੀਆਂ ਵੱਡੀਆਂ ਖਬਰਾਂ 'ਤੇ। ਮੋਹਾਲੀ ਏਅਰਪੋਰਟ 'ਤੇ ਲੱਗੇਗੀ ਸ਼ਹੀਦ ਭਗਤ ਸਿੰਘ ਦੀ 35 ਫੁੱਟ ਉੱਚੀ ਮੂਰਤੀ, ਸੀਐਮ ਮਾਨ ਨੇ ਕੀਤਾ ਐਲਾਨ। ਬਰਨਾਲਾ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਮਹਿਲਾਵਾਂ ਨੂੰ ਦੇਣਗੇ ਰੱਖੜੀ ਦਾ ਤੋਹਫ਼ਾ, ਵੰਡਣਗੇ ਨਿਯੁਕਤੀ ਪੱਤਰ। ਸੀਐਮ ਭਗਵੰਤ ਮਾਨ ਦਾ ਪਟਵਾਰੀਆਂ ਨੂੰ ਵੱਡਾ ਤੋਹਫ਼ਾ, ਹੁਣ ਟ੍ਰੇਨਿੰਗ ਲਈ ਮਿਲੇਗਾ 3 ਗੁਣਾ ਜ਼ਿਆਦਾ ਭੱਤਾ। ਪੰਜਾਬ ਭਾਜਪਾ ਦੇ ਵਿੱਚ ਫੇਰਬਦਲ ਦੀ ਤਿਆਰੀ, ਸੁਨੀਲ ਜਾਖੜ ਨੇ ਜੇਪੀ ਨੱਡਾ ਨਾਲ ਕੀਤੀ ਮੁਲਾਕਾਤ। ਪੰਜਾਬ ਐਂਟੀ ਗੈਂਗ ਟਾਸਕ ਫੋਰਸ ਨੂੰ ਮਿਲੀ ਵੱਡੀ ਕਾਮਯਾਬੀ, ਗੈਂਗਸਟਰ ਸੋਨੂ ਖੱਤਰੀ ਦੇ 3 ਸਾਥੀ ਕੀਤੇ ਗਏ ਗ੍ਰਿਫਤਾਰ। ਜਲੰਧਰ ਵਿੱਚ ਗੈਂਗਸਟਰ ਜੰਗੂ ਦੇ 4 ਗੁਰਗੇ ਹਥਿਆਰਾਂ ਨਾਲ ਗ੍ਰਿਫਤਾਰ, ਪੁਲਿਸ ਨੇ ਹਾਈਵੇ 'ਤੇ 70 ਕਿਲੋਮੀਟਰ ਪਿੱਛਾ ਕਰ ਕੀਤਾ ਸੀ ਕਾਬੂ। ਫਤਿਹਗੜ੍ਹ ਸਾਹਿਬ ਵਿਖੇ 2.5 ਕਰੋੜ ਦੀ ਹੀਰੋਇਨ ਕੀਤੀ ਗਈ ਬਰਾਮਦ, ਲੁਧਿਆਣਾ ਰਹਿੰਦੇ ਚਚੇਰੇ ਭਰਾ ਵੀ ਕੀਤੇ ਗ੍ਰਿਫਤਾਰ। ਗੋਲਡੀ ਬਰਾੜ 'ਤੇ ਪੰਜਾਬ ਅਤੇ ਹਰਿਆਣਾ ਵਿੱਚ 54 ਅਪਰਾਧਿਕ ਕੇਸ ਹਨ ਦਰਜ, US ਕਨਾਡਾ ਤੋਂ ਚਲਾ ਰਿਹਾ ਅਪਰਾਧ ਦਾ ਨੈਟਵਰਕ। ਕੋਲਕਾਤਾ ਕਤਲ ਮਾਮਲੇ 'ਤੇ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਸਿਹਤ ਸਹੂਲਤਾਂ ਬਦਹਾਲ, ਸਿਰਫ ਐਮਰਜੈਂਸੀ ਸੇਵਾਵਾਂ ਖੁੱਲ੍ਹੀਆਂ, ਭਟਕ ਰਹੇ ਮਰੀਜ਼। ਪੰਜਾਬ ਭਰ ਵਿੱਚ ਡਾਕਟਰਾਂ ਦੀ ਹੜਤਾਲ ਜਾਰੀ, ਸਿਹਤ ਮੰਤਰੀ ਬਲਬੀਰ ਸਿੰਘ ਨੇ ਬੁਲਾਈ ਮੀਟਿੰਗ। ਕਪੂਰਥਲਾ ਦੇ ਗੁਰਦੁਆਰਾ ਸਾਹਿਬ 'ਚ ਹੋਈ ਬੇਅਦਬੀ ਮਾਮਲੇ ਵਿੱਚ FIR ਦਰਜ, ਨਾਰਾਜ਼ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਖਤਮ, ਸਖ਼ਤ ਕਾਰਵਾਈ ਦੀ ਕੀਤੀ ਮੰਗ। ਕਪੂਰਥਲਾ ਵਿੱਚ ਪੁਲਿਸ ਨੇ ਲੁਟੇਰੇ ਨੂੰ ਕੀਤਾ ਗ੍ਰਿਫਤਾਰ, ਰਾਹਗੀਰਾਂ ਅਤੇ ਟ੍ਰੇਨਾਂ 'ਚੋਂ ਫੋਨਾਂ ਦੀ ਕਰਦਾ ਸੀ ਖੋ, 2 ਸਾਥੀ ਹੋਏ ਫਰਾਰ। ਹੁਸ਼ਿਆਰਪੁਰ ਵਿੱਚ ਰਾਤ ਨੂੰ ਹੋਈ ਫਾਇਰਿੰਗ, ਘਰ ਦੇ ਗੇਟ 'ਤੇ ਚਲਾਈਆਂ ਗਈਆਂ ਗੋਲੀਆਂ, 14 ਖੋਲ ਬਰਾਮਦ, ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੁਸ਼ਿਆਰਪੁਰ ਪੁਲਿਸ। ਅੰਮ੍ਰਿਤਸਰ ਵਿਖੇ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਹੱਥ ਵਿੱਚ ਲੱਗੀ ਮਿਲੀ ਸਿਰਿੰਜ, ਲਾਸ਼ ਦੀ ਨਹੀਂ ਹੋਈ ਸ਼ਨਾਖਤ। ਜਲੰਧਰ ਕੈਂਟ ਬੋਰਡ ਵਿੱਚ ਅੱਗ ਦਾ ਤਾਂਡਵ, ਲੱਕੜਖਾਨੇ ਵਿੱਚ ਲੱਗੀ ਭਿਆਨਕ ਅੱਗ, ਲੋਕਾਂ ਵਿੱਚ ਫੈਲੀ ਦਹਿਸ਼ਤ। ਮੰਗਾਂ ਨਾ ਮੰਨੇ ਜਾਣ ਤੋਂ ਨਾਰਾਜ਼ ਪੰਜਾਬ ਦੇ ਰੈਵਨਿਊ ਅਫਸਰ, ਸੋਮਵਾਰ ਤੋਂ ਕੰਮ ਪੂਰੀ ਤਰ੍ਹਾਂ ਕਰਨਗੇ ਠੱਪ। ਕੋਲਕਾਤਾ ਕਤਲ ਮਾਮਲੇ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਨਾਲ ਜੁੜੇ ਡਾਕਟਰਾਂ ਨੇ ਚੰਡੀਗੜ੍ਹ ਵਿਖੇ ਕੱਢਿਆ ਰੋਸ ਮਾਰਚ, 24 ਘੰਟੇ ਤੱਕ ਹੜਤਾਲ ਦਾ ਐਲਾਨ। ਜਲਾਲਾਬਾਦ ਤੋਂ ਮਿਲੇ ਜਾਨਵਰਾਂ ਨੂੰ ਮਾਰਨ ਵਾਲੇ 10 ਦੇਸੀ ਬੰਬ, ਮੌਕੇ 'ਤੇ ਪਹੁੰਚਿਆ ਪੁਲਿਸ ਪ੍ਰਸ਼ਾਸਨ, ਬੰਬਾਂ ਨੂੰ ਕੀਤਾ ਗਿਆ ਨਸ਼ਟ। ਕੋਲਕਾਤਾ ਕਤਲ ਮਾਮਲੇ ਵਿੱਚ ਅੱਜ ਗੁਰਦਾਸਪੁਰ ਵਿਖੇ ਸਮੂਹ ਡਾਕਟਰ ਜਥੇਬੰਦੀਆਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਦਿੱਤਾ ਧਰਨਾ। ਸਿਵਲ ਹਸਪਤਾਲ ਗੁਰਦਾਸਪੁਰ ਦੇ ਡਾਕਟਰਾਂ ਨੇ ਮੌਤ ਦੇ ਮੂੰਹ 'ਚੋਂ ਕੱਢ ਲਿਆਂਦਾ BSF ਜਵਾਨ, ਕਾਮਨ ਕ੍ਰੇਟ ਨਾਮਕ ਸੱਪ ਦੇ ਡੱਸਣ ਨਾਲ ਵਿਗੜੀ ਸੀ ਹਾਲਤ। ਚੰਡੀਗੜ੍ਹ ਵਿਖੇ ਮੈਡੀਕਲ ਟੈਕਨੀਸ਼ੀਅਨ ਦੀ ਮਾਰ ਕਟਾਈ ਦੇ ਪੁਲਿਸ 'ਤੇ ਲੱਗੇ ਆਰੋਪ, SSP ਨੂੰ ਦਿੱਤੀ ਗਈ ਸ਼ਿਕਾਇਤ, ਐਂਬੂਲੈਂਸ ਯੂਨੀਅਨ ਨੇ ਚੱਕਾ ਜਾਮ ਕਰਨ ਦੀ ਦਿੱਤੀ ਚੇਤਾਵਨੀ। ਪਠਾਨਕੋਟ ਦੀ ਸੁਜਾਨਪੁਰ ਨਹਿਰ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼, ਨਹੀਂ ਹੋਈ ਪਛਾਣ, ਪੁਲਿਸ ਨੇ ਸ਼ੁਰੂ ਕੀਤੀ ਜਾਂਚ। ਲੁਧਿਆਣਾ ਵਿਖੇ ਚੱਲਦੀ ਸਕੂਟੀ ਵਿੱਚ ਧਮਾਕਾ, ਪੈਟਰੋਲ ਪੰਪ ਕੋਲ ਸ਼ਾਰਟ ਸਰਕਟ ਨਾਲ ਲੱਗੀ ਅੱਗ, ਨੌਜਵਾਨ ਝੁਲਸਿਆ। ਖੰਨਾ ਵਿਖੇ ਨੌਜਵਾਨਾਂ ਨੇ ਬੈਂਕ ਮੈਨੇਜਰ ਨੂੰ ਕਾਰ ਨਾਲ ਕੁਚਲਿਆ, ਹੋਈ ਮੌਕੇ ਦੇ ਉੱਤੇ ਮੌਤ, 2 ਲੋਕ ਹੋਏ ਜ਼ਖਮੀ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ। ਮੋਹਾਲੀ ਵਿਖੇ ਵਧਾਈ ਗਈ ਮਹਿਲਾ ਡਾਕਟਰਾਂ ਦੀ ਸੁਰੱਖਿਆ, ਸੁਰੱਖਿਆ ਵਿੱਚ ਤੈਨਾਤ ਰਹਿਣਗੇ ਪੁਲਿਸ ਮੁਲਾਜ਼ਮ, ਰੈਸਟ ਰੂਮ 'ਤੇ ਦਿੱਤੀ ਗਈ ਸੁਵਿਧਾ, ਲਗਾਏ ਗਏ CCTV। ਦੇਸ਼ ਵਿਦੇਸ਼ ਦੀਆਂ ਖਬਰਾਂ ਵੇਖਣ ਲਈ ਇਸੇ ਤਰ੍ਹਾਂ ਜੁੜੇ ਰਹੋ ਜਗਬਾਣੀ TV ਨਾਲ।